ਉਮੀਦਵਾਰ ਐਲਾਨਣ ਦੇ ਵਿੱਚ ਬੀਜੇਪੀ ਨੇ ਲੱਗਦਾ ਕਾਹਲ ਕਰ ਦਿੱਤੀ ਹੈ ਔਰ ਇਹ ਕਾਹਲ ਸ਼ਾਇਦ ਹੁਣ ਬੀਜੇਪੀ ਨੂੰ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ। ਇਹ ਪੈਂਤੜਾ ਸ਼ਾਇਦ ਪੁੱਠਾ ਪੈ ਗਿਆ ਜਿਸ ਕਰਕੇ ਹੁਣ ਸ਼ਾਇਦ ਬੀਜੇਪੀ ਨੂੰ ਇਸ ਦੇ ਉੱਤੇ ਪ੍ਰੋਬਲਮਸ ਹੋ ਸਕਦੀਆਂ ਨੇ। ਬੀਜੇਪੀ ਨੇ ਲੋਕ ਤਾਂ ਜ਼ਰੂਰ ਜੋੜੇ ਆਪਣੇ ਨਾਲ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਜੋੜਦੀ ਨਜ਼ਰ ਆ ਰਹੀ ਹੈ, ਲੀਡਰਾਂ ਨੂੰ ਜੋੜਦੀ ਨਜ਼ਰ ਆ ਰਹੀ ਹੈ। ਤੋੜੋ ਅਤੇ ਜੋੜੋ ਦਾ ਸਿਲਸਿਲਾ ਬੀਜੇਪੀ ਦਾ ਅਜੇ ਵੀ ਜਾਰੀ ਹੈ, ਪਰ ਕਿਤੇ ਨਾ ਕਿਤੇ ਪਹਿਲੀ 6 ਉਮੀਦਵਾਰਾਂ ਦੀ ਸੂਚੀ ਘਾਤਕ ਸਾਬਿਤ ਹੋ ਰਹੀ ਹੈ ਬੀਜੇਪੀ ਦੇ ਵਾਸਤੇ। ਗੱਲ ਕਰ ਰਹੇ ਹਾਂ ਗੁਰਦਾਸਪੁਰ ਸੀਟ ਤੋਂ। ਇੱਕ ਪਾਸੇ ਤਾਂ ਗੱਲ ਕਰੀਏ ਗੁਰਦਾਸਪੁਰ ਦੀ, ਤਾਂ ਗੁਰਦਾਸਪੁਰ ਤੋਂ ਜਿੱਥੇ ਦਿਨੇਸ਼ ਬੱਬੂ ਨੂੰ ਉਮੀਦਵਾਰ ਐਲਾਨਿਆ ਗਿਆ ਉੱਥੇ ਹੀ ਗੁਰਦਾਸਪੁਰ ਸੀਟ ਦੇ ਕਈ ਦਾਅਵੇਦਾਰ ਨੇ ਜਿਹੜੇ ਹੁਣ ਇਸ ਫੈਸਲੇ ਤੋਂ ਨਾ ਖੁਸ਼ ਨਜ਼ਰ ਆ ਰਹੇ ਨੇ। ਗੁਰਦਾਸਪੁਰ ਸੀਟ 'ਤੇ ਘਮਸਾਣ ਮੱਚ ਗਿਆ ਦਰਅਸਲ ਗੱਲ ਕੀਤੀ ਜਾ ਰਹੀ ਹੈ ਵਿਨੋਦ ਖੰਨਾ ਦੀ ਧਰਮਪਤਨੀ ਕਵਿਤਾ ਖੰਨਾ ਦੀ, ਔਰ ਕਵਿਤਾ ਖੰਨਾ ਹੁਣ ਇਸ ਗੱਲ ਤੋਂ ਨਾਰਾਜ਼ ਨਜ਼ਰ ਆ ਰਹੇ ਨੇ। ਵਿਨੋਦ ਖੰਨਾ ਕਾਫੀ ਵਾਰ ਇਸ ਸੀਟ ਉੱਤੇ ਰਹਿ ਚੁੱਕੇ ਨੇ ਔਰ ਗੁਰਦਾਸਪੁਰ ਸੀਟ ਦੇ ਉੱਤੇ ਉਹਨਾਂ ਦੀ ਦਾਅਵੇਦਾਰੀ ਰਹੀ ਹੈ। ਉਸੇ ਦਾਅਵੇਦਾਰੀ ਨੂੰ ਅੱਗੇ ਲਿਜਾਂਦਿਆਂ ਕਵਿਤਾ ਖੰਨਾ ਦਾ ਇਹ ਦਾਅਵਾ ਸੀ ਕਿ ਹੁਣ ਇਹ ਸੀਟ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਪਰ ਜਦੋਂ ਦਿਨੇਸ਼ ਬੱਬੂ ਨੂੰ ਇਹ ਸੀਟ ਦਿੱਤੀ ਗਈ ਹੈ ਇਸ ਫੈਸਲੇ ਤੋਂ ਨਾ ਖੁਸ਼ ਨਜ਼ਰ ਆ ਰਹੇ ਨੇ ਕਵਿਤਾ ਖੰਨਾ, ਪਰ ਕਹਿੰਦੇ ਨੇ ਚੋਣ ਜ਼ਰੂਰ ਲੜੀ ਜਾਵੇਗੀ, ਇਲੈਕਸ਼ਨਸ ਜ਼ਰੂਰ ਲੜਾਂਗੇ, ਕਿਹੜੀ ਪਾਰਟੀ ਦੇ ਅਧੀਨ ਲੜਨੀ ਹੈ ਇਹ ਫਿਲਹਾਲ ਨਹੀਂ ਸੋਚਿਆ। ਹੁਣ ਇੱਥੇ ਕਵਿਤਾ ਖੰਨਾ ਕਿਹਨਾਂ ਦਾ ਪੱਲਾ ਫੜਦੇ ਨੇ, ਕਿਹੜੀ ਪਾਰਟੀ ਦਾ ਹੱਥ ਫੜਦੇ ਨੇ, ਕਿੱਧਰ ਵੱਲ ਨੂੰ ਜਾਂਦੇ ਨੇ, ਇਹ ਕਿਆ ਸਰਾਈਆਂ ਫਿਲਹਾਲ ਤੇਜ਼ ਹੋ ਗਈਆਂ ਨੇ। ਵਿਨੋਦ ਖੰਨਾ ਦਾ ਪਰਿਵਾਰ ਜਿਹੜਾ ਉਹ ਭਾਜਪਾ ਦੇ ਨਾਲ ਜੁੜਿਆ ਰਿਹਾ ਔਰ ਇਸ ਸੀਟ ਦੇ ਉੱਤੇ ਗੁਰਦਾਸਪੁਰ ਸੀਟ ਦੇ ਉੱਤੇ ਵਿਨੋਦ ਖੰਨਾ ਦੀ ਦਾਅਵੇਦਾਰੀ ਰਹੀ ਹੈ। ਉਹਨਾਂ ਦੀ ਪਤਨੀ ਕਵਿਤਾ ਖੰਨਾ ਦਾ ਇਹ ਵੀ ਦਾਅਵਾ ਹੈ ਕਿ ਜਦੋਂ ਵਿਨੋਦ ਖੰਨਾ ਇਲੈਕਸ਼ਨਸ ਦੇ ਵਿੱਚ ਉਤਰੇ ਸੀ ਔਰ ਉਹਨਾਂ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਿਆ ਉਦੋਂ ਕਵਿਤਾ ਖੰਨਾ ਵੀ ਉਹਨਾਂ ਦੇ ਨਾਲ ਵਿਚਰੇ ਔਰ ਲੋਕਾਂ ਦੇ ਨਾਲ ਉਹਨਾਂ ਦਾ ਜਿਹੜਾ ਲਗਾਵ ਹੈ ਗੁਰਦਾਸਪੁਰ ਦੇ ਲੋਕ ਜਿਵੇਂ ਉਹਨਾਂ ਨੂੰ ਜਾਣਦੇ ਨੇ ਉੱਦਾਂ ਸ਼ਾਇਦ ਹੋਰ ਕੋਈ ਨਹੀਂ ਜਾਣਦਾ। ਜਿਸ ਵਾਸਤੇ ਕਵਿਤਾ ਖੰਨਾ ਦਾ ਇਹ ਦਾਅਵਾ ਹੈ ਕਿ ਇਹ ਸੀਟ ਉਹਨਾਂ ਦੀ ਦਾਅਵੇਦਾਰੀ ਹੈ। ਖੈਰ ਦੂਜੇ ਪਾਸੇ ਭਾਜਪਾ ਦਾ ਪ੍ਰੋਗਰਾਮ ਬਦਲ ਗਿਆ, ਦਿਨੇਸ਼ ਬੱਬੂ ਨੂੰ ਸੀਟ ਦਾ ਉਮੀਦਵਾਰ ਬਣਾ ਦਿੱਤਾ ਔਰ ਇਸ ਫੈਸਲੇ ਤੋਂ ਨਾ ਖੁਸ਼ ਨੇ ਵਿਨੋਦ ਖੰਨਾ ਦੇ ਧਰਮ ਪਤਨੀ। ਆਉਂਦੇ ਸਮੇਂ ਦੇ ਵਿੱਚ ਤਾਂ ਇਹ ਵੀ ਚਰਚਾਵਾਂ ਸੀਗੀਆਂ ਕਿ ਹੋ ਸਕਦਾ ਹੈ ਕਿ ਇਸ ਸੀਟ ਤੋਂ ਯੁਵਰਾਜ ਸਿੰਘ ਨੂੰ ਵੀ ਉਮੀਦਵਾਰ ਬਣਾਇਆ ਜਾਵੇ, ਯੁਵਰਾਜ ਸਿੰਘ ਨੂੰ ਇਸ ਸੀਟ ਦੇ ਉੱਤੇ ਉਤਾਰਿਆ ਜਾਵੇ, ਕਿਉਂਕਿ ਜਿਵੇਂ ਬੀਜੇਪੀ ਦੀ ਨੀਤੀ ਸਮਝ ਆ ਰਹੀ ਹੈ ਉਹ ਵੱਡੇ ਅਤੇ ਨਾਮੀ ਚਿਹਰਿਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਇੱਥੇ ਇੱਕ ਹਾਰੀ ਹੋਈ ਬਾਜ਼ੀ ਬੀਜੇਪੀ ਨੂੰ ਸ਼ਾਇਦ ਨਜ਼ਰ ਆਉਣ ਲੱਗ ਗਈ ਹੈ। ਪੰਜਾਬ ਦੇ ਅੰਦਰ ਬੀਜੇਪੀ ਸ਼ਾਇਦ ਉਹ ਰਸੂਖ ਪੈਦਾ ਨਹੀਂ ਕਰ ਪਾਈ ਜੋ ਬੀਜੇਪੀ ਨੂੰ ਕਰਨਾ ਚਾਹੀਦਾ ਸੀ, ਜਿਸ ਪਿੱਛੇ ਬੀਜੇਪੀ ਲੱਗੀ ਹੋਈ ਸੀ, ਜਿਵੇਂ ਕਿ ਸੁਨੀਲ ਜਾਖੜ ਦੀ ਡਿਊਟੀ ਲੱਗੀ ਸੀ ਕਿ ਦਿਹਾਤ ਵਿੱਚ ਜਾ ਕੇ ਲੋਕਾਂ ਦੇ ਨਾਲ ਸੰਪਰਕ ਬਣਾਇਆ ਜਾਵੇ, ਸ਼ਾਇਦ ਉਹ ਗੱਲ ਬਣ ਨਹੀਂ ਸਕੀ, ਜਿਸ ਵਾਸਤੇ ਹੁਣ ਬੀਜੇਪੀ ਸਿਰਫ ਇੱਕ ਹਾਰੀ ਹੋਈ ਬਾਜ਼ੀ ਲੜਦੀ ਪਈ ਹੈ, ਪਰ ਉਸ ਬਾਜ਼ੀ ਦੇ ਵਿੱਚ ਵੀ ਪੂਰਾ ਜ਼ੋਰ ਝੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਰ ਆਖਰੀ ਕੋਸ਼ਿਸ਼ ਲੋਕਾਂ ਦੇ ਮਨ ਪਰਚਾਵੇ ਦੀ ਕੀਤੀ ਜਾ ਰਹੀ ਹੈ। ਬੀਜੇਪੀ ਦੇ ਕੋਲ ਸ਼ਾਇਦ ਇਹੀ ਤਰੀਕਾ ਬਚਿਆ ਕਿ ਲੋਕਾਂ ਨੂੰ ਉਹਨਾਂ ਦੇ ਚਹੇਤੇ ਸਟਾਰਸ ਸਾਹਮਣੇ ਰੱਖ ਦਿਓ, ਜਿਸ ਕਾਰਨ ਲੋਕ ਬੀਜੇਪੀ ਨੂੰ ਵੋਟਾਂ ਪਾ ਦੇਣ। ਗੁਰਦਾਸਪੁਰ ਦੀ ਸੀਟ ਦੇ ਉੱਤੇ ਇਸ ਤਰ੍ਹਾਂ ਨਹੀਂ ਹੋਇਆ, ਇਸ ਵਾਰ ਇਸ ਤਰ੍ਹਾਂ ਨਹੀਂ ਹੋਇਆ। ਲੰਘੀ ਵਾਰ ਜਦੋਂ ਸਨੀ ਦਿਓਲ ਇਲੈਕਸ਼ਨ ਜਿੱਤਦੇ ਨੇ 2019 ਦੇ ਵਿੱਚ, ਅਤੇ ਉਸ ਵੇਲੇ ਚਰਚਾਵਾਂ ਜਿਹੜੀਆਂ ਹੁੰਦੀਆਂ ਨੇ, ਲੋਕ ਸਮਝ ਜਾਂਦੇ ਨੇ ਕਿ ਆਖਿਰਕਾਰ ਸਨੀ ਦਿਓਲ ਉਹਨਾਂ ਦੇ ਵਾਸਤੇ ਠੀਕ ਨਹੀਂ, ਯਾਨੀ ਕਿ ਅਦਾਕਾਰ ਸਿਆਸਤ ਵਿੱਚ ਠੀਕ ਨਹੀਂ, ਜਿਸ ਵਾਸਤੇ ਲੋਕਾਂ ਨੇ ਖਾਸਾ ਵਿਰੋਧ ਕੀਤਾ ਸਨੀ ਦਿਓਲ ਦਾ। ਪਰ ਉੱਥੇ ਹੀ ਹੁਣ ਦਿਨੇਸ਼ ਬੱਬੂ ਨੂੰ ਲਿਆਂਦਾ ਗਿਆ, ਜਿਸ ਤੋਂ ਹੁਣ ਵਿਨੋਦ ਖੰਨਾ ਦੀ ਧਰਮ ਪਤਨੀ ਨਾ ਖੁਸ਼ ਨੇ। ਵਿਨੋਦ ਖੰਨਾ ਦੇ ਧਰਮ ਪਤਨੀ ਦਾ ਦਾਅਵਾ ਹੈ ਕਿ ਉਹ ਕਿਸੇ ਹੋਰ ਪਾਰਟੀ ਤੋਂ ਜ਼ਰੂਰ ਚੋਣ ਲੜਨਗੇ। ਪਿਛਲੀ ਵਾਰ ਵੀ ਸਨੀ ਦਿਓਲ ਨੂੰ ਸੀਟ ਦੇ ਦਿੱਤੀ ਗਈ, ਉਮੀਦਵਾਰੀ ਦੇ ਦਿੱਤੀ ਗਈ, ਜਦਕਿ ਵਿਨੋਦ ਖੰਨਾ ਦੀ ਧਰਮ ਪਤਨੀ ਦਾ ਦਾਅਵਾ ਸੀ ਇਸ ਸੀਟ ਦੇ ਉੱਤੇ। ਇਹ ਵੀ ਆਪਣੇ ਆਪ ਦੇ ਵਿੱਚ ਅੰਦਰੂਨੀ ਵਿਵਾਦ ਦਾ ਇੱਕ ਕਾਰਨ ਰਿਹਾ। ਖੈਰ ਆਉਂਦੇ ਸਮੇਂ ਦੇ ਵਿੱਚ ਇਸ ਸੀਟ ਦੇ ਉੱਤੇ ਕੀ ਘਮਸਾਣ ਮੱਚਦਾ, ਔਰ ਉਸ ਤੋਂ ਵੀ ਵੱਡੇ ਲੈਵਲ ਦੇ ਉੱਤੇ ਕਵਿਤਾ ਖੰਨਾ ਅਗਲੀ
ਰਣਨੀਤੀ ਕੀ ਅਪਣਾਉਂਦੇ ਨੇ, ਕਿਹੜੀ ਪਾਰਟੀ ਦਾ ਹੱਥ ਫੜਦੇ ਨੇ, ਇਹ ਸਮਾਂ ਦੱਸੇਗਾ। ਜੋ ਵੀ ਹੋਏਗਾ ਦੱਸਦੇ ਰਹਾਂਗੇ। ਉਸ ਤੋਂ ਪਹਿਲਾਂ ਕਵਿਤਾ ਖੰਨਾ ਦਾ ਜੋ ਦਾਅਵਾ ਆ, ਜੋ ਗੱਲਾਂ, ਜੋ ਬਿਆਨ ਉਹਨਾਂ ਨੇ ਜਾਰੀ ਕੀਤੇ ਨੇ, ਆਓ ਸੁਣਦੇ ਹਾਂ। ਯਹਾਂ ਆਏ ਗੁਰਦਾਸਪੁਰ ਮੇਂ ਲੋਗੋਂ ਨੇ ਹਮੇਂ ਇਤਨਾ ਪਿਆਰ ਦਿਆ ਹੈ। ਵਿਨੋਦ ਜੀ ਕੋ 17 ਸਾਲ ਔਰ ਮੁਝੇ ਅਬ 26 ਸਾਲ ਹੋਏ ਯਹਾਂ ਗੁਰਦਾਸਪੁਰ ਮੇਂ ਲੋਗੋਂ ਨੇ ਪਿਆਰ ਹੀ ਪਿਆਰ ਦਿਆ ਹੈ। ਵਿਨੋਦ ਜੀ ਕੇ ਜਾਣੇ ਕੇ ਬਾਅਦ ਯਹਾਂ ਕੇ ਲੋਕ ਮੇਰਾ ਪਰਿਵਾਰ ਬਣ ਚੁੱਕੇ ਹੈ। ਮੈਂ ਨੇ ਯਹਾਂ ਕਵਿਤਾ ਔਰ ਵਿਨੋਦ ਖੰਨਾ ਫਾਊਂਡੇਸ਼ਨ ਸਥਾਪਿਤ ਕੀਆ ਔਰ ਗਾਓਂ ਗਾਓਂ ਮੇਂ ਜਾ ਕਰ ਹਮ ਕਾਮ ਕਰ ਰਹੇ ਹੈ ਬੱਚੋਂ ਕੇ ਫਿਊਚਰ ਕੇ ਲੀਏ। ਔਰ ਹਮਾਰਾ ਧਰਮ ਵੀ ਕਹਿਤਾ ਹੈ ਕਿ ਹਮੇਂ ਸੇਵਾ ਕਰਨੀ ਚਾਹੀਏ। ਔਰ ਮੈਂ ਇਤਨਾ ਕਹਿਣਾ ਚਾਹਤੀ ਹੂੰ ਕਿ ਪੋਲੀਟਿਕਸ ਸੇ ਜੋ ਪਲੇਟਫਾਰਮ ਆਪਕੋ ਪੋਲੀਟਿਕਸ ਮੇਂ ਮਿਲਤਾ ਹੈ ਸੇਵਾ ਕਰਨੇ ਕੇ ਲੀਏ, ਵੋ ਕਹੀਂ ਔਰ ਨਹੀਂ ਮਿਲਤਾ ਹੈ। ਔਰ ਮੈਨੇ ਨਿਸ਼ਚੈ ਕੀਆ ਹੈ ਕਿ ਮੈਂ ਜਿਸ ਤਰ੍ਹਾਂ ਸੇ ਵਿਨੋਦ ਜੀ ਨੇ ਲੋਗੋਂ ਕੀ ਸੇਵਾ ਕੀ, ਉਸੀ ਤਰ੍ਹਾਂ ਮੈਂ ਕਰਤੀ ਰਹੂੰਗੀ ਔਰ ਕਰਨੇ ਵਾਲੀ ਹੂੰ। ਅਭੀ ਮੈਨੇ ਯੇ ਕੋਈ ਨਿਰਣੈ ਲਿਆ ਨਹੀਂ ਹੈ, ਲੇਕਿਨ ਮੈਂ ਇਤਨਾ ਜਾਣਤੀ ਹੂੰ ਕਿ ਪਾਰਟੀਆਂ ਸਭ ਸਮਝਦਾਰ ਹੈ, ਵੋ ਉਨਕੋ ਪਤਾ ਹੈ ਕਿ ਸਰਵੇਜ਼ ਮੇਂ ਲਗਭਗ 70 ਐਸੀ 80% ਲੋਗੋਂ ਨੇ ਚਾਹਾ ਕਿ ਮੈਂ ਉਨਕੀ ਮੈਂਬਰ ਆਫ ਪਾਰਲੀਮੈਂਟ ਬਨੂੰ, ਤੋ ਯੇ ਸਭੀ ਜਾਣਤੇ ਹੈ। ਔਰ ਅਭੀ ਮੈਂ ਕਹਾਂ ਜਾਊਂਗੀ, ਇੰਡੀਪੈਂਡੈਂਟ ਲੜੂੰਗੀ ਜਾਂ ਕੈਸੇ ਕਰੂੰਗੀ, ਮੈਨੇ ਕੋਈ ਨਿਰਣੈ ਨਹੀਂ ਲਿਆ। ਯੇ ਮਾਨ ਕੇ ਚਲੋ ਕਿ ਮੁਝੇ ਸੇਵਾ ਕਰਨੀ ਹੈ ਗੁਰਦਾਸਪੁਰ ਕੀ, ਔਰ ਮੈਂ ਸੇਵਾ ਕਰੂੰਗੀ ਕਿਸੀ ਵੀ ਹਾਲ ਮੇਂ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।